ਸ਼ਵਾਨੀ ਜਮੂ ਹੈ ਖਬਰੇ ਦੇ ਬੁਲੇਟਿਨ ਚ ਤੁਹਾਂ ਦਾ ਸਵਾਗਤ ਇਸ ਬਿਹਲੇ ਦੀਆਂ ਖਬਰਾਂ ਕਰਨੇ ਮੈਂ ਪੂਨਮ ਤੋਗੜਾ ਲੈਫਟੇਨੈਂਟ ਗਵਰਨਰ ਮਨੋ ਸੀਨੌਰ ਨੇ ਜੰਮੂ ਕਸ਼ਮੀਰ ਦੇ ਪੂਰੇ ਪ੍ਰਾਤੇ ਵਿਕਾਸ ਲਈ ਕਲਾ ਸਭਿ ਸੰਸਕ੍ਰਿਤੀ ਤੇ ਤਕਨੀਕੀ ਦੇ ਤਾਲਮੇਲ ਦਾ ਆਵਾਜ਼ਨ ਕੀਤਾ ਲੈਫਟੇਨੈਂਟ ਗਵਰਨਰੋ ਨੇ ਆਖਿਆ ਜੇ ਜੰਮੂ ਕਸ਼ਮੀਰ ਚ ਬੱਦੀ ਵਿਕਾਸ ਦੀ ਰਫਤਾਰ ਦਿਖੀਏ ਪੂਰੀ ਦੁਨੀਆ ਨੇ ਜੰਮੂ ਕਸ਼ਮੀਰ ਲਈਏ ਆਪਣੀ ਸੋਚ ਬਦਲੀ ਹੈ ਪਿਛਲੇ ਬਰੇ 1 ਕਰੋੜ 88 ਲੱਖ ਰੁਪਏ ਜੰਮੂ ਕਸ਼ਮੀਰ ਆਏ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਚ 22000 ਕਰੋੜ ਰੁਪਏ ਦੀਆਂ ਜਰਨਲੀ ਸ਼ਿੜਕ ਵਿਕਾਸ ਪਰਿਯੋਜਨਾ ਰੰਬੀਆਂ ਤੇ ਜੰਮੂ ਕਸ਼ਮੀਰ ਸਰਕਾਰ ਨੇ ਮਤਵਕਾਂਖੀ ਬਲਾਕ ਵਿਕਾਸ ਪ੍ਰੋਗਰਾਮ ਤਹਿਤ 10 ਬਿਹਤਰ ਕਾਰਕਰਦਗੀ ਵਾਲੇ ਬਲਾਕਾਂ ਚ ਪਰਗਵਾਲ ਸੰਬਾਨ ਤੇ ਕਾਸਤੀਗੜ ਬਲਾਕਾਂ ਦੀ ਸਭ ਨੇ ਸ਼ਾਬੇ ਤਦਸਿਆ ਉਨ ਖਬਰਾਂ ਦੀ ਤਫਸੀਲ लेफ्टिनेंट गुर्नन मनोज सिन्हा ਰੇਂ ਜੰਮੂ ਕਸ਼ਮੀਰ ਦੇ ਪੂਰੇ ਪਰਾਤੇ ਵਿਕਾਸ ਤੇ ਪਵਿੱਖ ਦੀ ਬਿਹਤਰੀ ਲਈ ਕਲਾ ਸਭਿਅਤਾ ਤੇ ਤਕਨੀਕੀ ਕੀ ਆਪੂ ਚ ਜੋੜਨੇ ਦਾ ਆਹਵਾਨ ਕੀਤਾ ਉਹਨੇ ਆਖਿਆ ਭਲਿਆਂ ਅਜੇ ਕੱਲੇ ਵਾਲੀ ਤਕਨੀਕੀ ਤੇ ਕਲਾ ਸਭਿਅਤਾ ਦੇ ਸੰਸਾਰ ਮੇ ਜਾਟੇ ਇੱਕ ਸੰਤੁਲਨ ਬੜਾ ਲਾਜ਼ਮੀ ਹੈ ਇਦੇ ਕਿਤੇ ਉਤਕ੍ਰਿਸ਼ਟ ਕਲਾਕਾਰਾਂ ਤੇ ਨਵੀਂ ਪੀੜੀ ਗੀਰ ਲਈ ਕੰਮ ਕਰਨਾ ਉਹ ਲੈਫਟੇਨੈਂਟ ਗਵਰਨਰ ਹੋ ਰਹੇ ਹਨ ਕੱਲ ਹਰਮਨੀ ਇੰਡੀਆ ਅਵਾਰਡ ਵੀ ਸੂਤਰੀ ਪ੍ਰਾਪਤ ਕਰਨ ਵਾਲੇ ਦੀ ਕਲਾ ਸੰਸਕ੍ਰਿਤੀ ਕੀ ਆਪਣਾ ਬਣਕਤਾ ਯੋਗਦਾਨ ਦੇਣ ਲਈ ਸ੍ਰਾਣਾ ਵੀ ਕੀਤੀ ਲੈਫਟੇਨੈਂਟ ਗਵਰਨਰ ਹੋ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਦੀ ਅਗਵਾਈ ਚ ਜੰਮੂ ਕਸ਼ਮੀਰ ਦੀ ਵਿਕਾਸ ਯਾਤਰਾ ਤੇ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ ਉਹਨੇ ਆਖਿਆ ਕਈਏ ਤਾਂ ਕਿ ਮਗਰਾ ਜੰਮੂ ਕਸ਼ਮੀਰ ਲਈ ਉਹ ਸਮਾਂ ਆਇਆ ਹੈ ਜਿਸਲੇ ਸਮਾਜ ਦੀ ਊਰਜਾ ਤੇ ਆਤਮਾ ਦੀ ਸਮਰਥ ਸਭ ਨੇ ਥਮਾ ਉੱਚੀ ਹੈ ਨਮੇ ਪ੍ਰਣ ਨਮੀ ਅੰਮੇ ਦਾ ਤੇ ਨਵੇਂ ਸੁਖ ਨੇ ਸੱਚ ਵਾ ਕਰ ਦੇਣਾ ਲੈਫਟਨੈਂਟ ਗਵਨਨ ਮਨੋਜ ਸ਼ਿਨੋ ਨੇ ਕੱਲ ਆਪਣੇ ਮਾ ਬਾ ਪ੍ਰੋਗਰਾਮ ਆਵਾਜ਼ ਆਵਾਮ ਕੀ ਆਵਾਜ਼ ਚ ਬੋਲਦੇ ਹੋਈ ਸੰਸ਼ਾਸਿਤ ਸਰਕਾਰਾਂ ਸਿਆ ਪ੍ਰਸ਼ਾਸਨ ਤੇ ਰਾਸ਼ਟਰ ਨਿਰਮਾਣ ਚ ਨਾਗਰਿਕਾਂ ਦੀ ਸ਼ਮੂਲੀਅਤ ਲਈ ਉੰਦਾ ਉਸ ਲਾਭਦਾਨੇ ਲਈ ਕੀਤੀ ਜਾਰਦੀਆਂ ਕੋਸ਼ਿਸ਼ਾਂ ਕੀ ਉਜਾਗਰ ਕੀਤਾ ਉਹਨੇ ਆਖਿਆ ਇਹ ਜੰਮੂ ਕਸ਼ਮੀਰ ਦਾ ਸਵਰਨਿਮ ਦੋਰਾ ਤੇ ਪੂਰੇ ਸਮਾਜ ਕੀ ਚਾਹੀਦਾ ਹੈ ਜੇ ਉਹ ਇੱਕ ਮਨ ਇੱਕ ਆਤਮਾ ਹੋਏ ਅਮਰਤ ਕਾਲ ਦੌਰਾਨ ਸੁਖਨੇ ਕੀ ਸੱਚ ਕਰਨ ਲਈ ਕਿੱਥੇ ਰਲੀਏ ਕੰਮ ਕਰਨ ਲੈਫਟੀਨੈਂਟ ਗਵਰਨਰ ਹੋ ਰਹੇ ਜੰਮੂ ਕਸ਼ਮੀਰ ਦੇ ਜਲ ਸਰੋਤਾਂ ਤੇ ਸੰਰਖਣ ਸਾਮ ਸੰਭਾਲ ਤੇ ਉਹਦੇ ਚ ਪਰਤੀਏ ਨਵੀਂ ਜਾਨ ਪਾਣੇ ਲਈ ਪੰਚਾਇਤਾਂ ਤੇ ਮਤ ਵੱਲ ਯੋਗਦਾਨ ਕੀ ਬਿਸਰਾਇਆ ਪਹਿਲੀ ਜੁਲਾਈ ਦੀ ਸ਼ੁਰੂ ਹੋਣ ਵਾਲੇ ਸ਼੍ਰੀ ਅਮਨਾਥ ਜੀ ਦੀ ਯਾਤਰਾ ਲਈ ਕੀਤੇ ਗਏ ਦੇ ਪ੍ਰਬੰਧੇ ਬਾਰੇ ਬੋਲਦੇ ਹੋਏ ਲੈਫਟੀਨੈਂਟ ਗਵਰਨਰ ਹੋ ਰਹੇ ਯਾਤਰਾ ਦੀ ਸਫਲ ਬਣਾਉਣੇ ਆਸਤੇ ਆਰ ਨਾਗਰਿਕ ਦੀ ਸਰਗਰਮ ਸ਼ਮੂਲੀਅਤ ਦੀ ਕਾਮਨਾ ਵੀ ਕੀਤੀ। ਉਨ੍ਹਾਂ ਆਖਿਆ ਇਹ ਯਾਤਰਾ ਮਾਨਵਤਾ ਦੇ ਕਲਿਆਣ ਦੀ ਨਿਸ਼ਾਨਦੇਹੀ ਨਹੀਂ ਕਰਦੀ ਸਗੁਆਂ ਸਮਾਜ ਦੇ ਸਭਨੇ ਵਰਗਾਂ ਨੂੰ ਉਭੜਾ ਚੁੱਕਨੇ ਨਵੇਂ ਵਿਚਾਰ ਦੇ ਬੰਟਾ ਦਰੇ ਸਥਾਨੀਏ ਅਰਥਵਵਸਤਾ ਤੇ ਰੋਜ਼ਗਾਰ ਮੌਕੇ ਵੀ ਆਸਲ ਕਰਵਾਉਂਦੀ ਹੈ। ਲੈਫਟਨੈਂਟ ਗੁਨਨ ਸ਼੍ਰੀ ਮਨੋਚਨ ਅਤੇ ਕਲਚਨਗਰ ਚ ਪਾਰਤੀਆ ਚਾਰਟਰਡ ਅਕਾਊਂਟੈਂਟ ਸੰਸਥਾਨ ਦੀ ਬਾਰਮੀ ਰਿਆਸ਼ੀ ਮੀਟ ਕੀ ਸੰਬੋਧਿਤ ਕੀਤਾ। ਲੇਫਟਨੈਂਟ ਗੁਨਰੋਰੇ ਨੇ ਰਾਸ਼ਟਰੀ ਨਿਰਮਾਣ ਚ ਆਈਸੀ ਆਈ ਦੇ ਮੈਂਬਰਾਂ ਆਸਿਆ ਦਿੱਤੇਗੇ ਦੇ ਬੇਸ਼ਕੀਮਤੀ ਯੋਗਦਾਨ ਦਿਸਰਾ ਨਾ ਕੀਤੀ। ਉਹਨੇ ਆਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਭਾਰਤ ਦੁਨੀਆ ਦੀ ਪੰਜਵੀਂ ਸਭਨੇਸ਼ਾ ਵੱਡੀ ਅਰਥਵਿਵਸਤਾ ਬਣ ਗਿਆ ਹੈ। ਤੇ ਤੇ ਨਿੱਜੀ ਤੇ ਸਰਕਾਰੀ ਸੈਕਟਰੇ ਚ ਨਵੀਂ ਸੋਚ ਨੇ ਊਰਜਾ ਭਰੀ ਹੈ। ਮੀਟਿੰਗ ਦੌਰਾਨ ਲੈਫਟਨੈਂਟ ਗਵਰਨਰੋ ਨੇ ਜੰਮੂ ਕਸ਼ਮੀਰ ਸਰਕਾਰ ਆਸਿਆ ਸਮਾਵੇਸ਼ੀ ਪਾਰਦਰਸ਼ੀ ਅਸਰਦਾਰ ਤੇ ਜਵਾਬਦੇਹ ਪ੍ਰਸ਼ਾਸਨਿਕ ਸਰੀਸਤੇ ਜੋ ਕੀਤੇ ਗਏ ਦੇ ਸੁਧਾਰੇ ਬਾਰੇ ਵੀ ਦੱਸਿਆ ਦਸਾਇਆ। ਉਹਨੇ ਆਖਿਆ ਜੰਮੂ ਕਸ਼ਮੀਰ ਦੇ ਬਾਦੇ ਵਿਕਾਸ ਕੀ ਦਿਖੀਏ ਪੂਰੀ ਦੁਨੀਆ ਨੇ ਜੰਮੂ ਕਸ਼ਮੀਰ ਲਈ ਆਪਣੀ ਸੋਚ ਬਦਲੀ ਆ। ਉਹਨੇ ਦੱਸਿਆ ਪਿਛਲੇ ਬਰੇ ਰਿਕਾਰਡ 1 ਕਰੋੜ 88 ਲੱਖ ਸਲਾਨੇ ਜੰਮੂ ਕਸ਼ਮੀਰ ਆਏ। ਉਹਨੇ ਉਮੀਦ ਦਸੀ ਜੇ ਇਸ ਬਰੇ ਇਹ ਆਂਕੜਾ 2 ਕਰੋੜ 5 ਲੱਖ ਤੇ ਪਾਰ ਹੋ ਜਾਗ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਹੇ ਕਲਮਨ ਕੀ ਬਾਤ ਪ੍ਰੋਗਰਾਮ ਚ ਬੋਲਦੇ ਹੋਏ ਬਾਰਾਮੁਲਾ ਜ਼ਿਲ੍ਹੇ ਦੇ ਜੋਸ਼ੀਲੇ ਨੌਜਵਾਨ ਉਦਮੀਆਂ ਦੀ ਸਰਾਨਾ ਕੀਤੀ ਜਿਨੇ ਡੇਰੀ ਯੂਨਿਟ ਲਾਈਏ ਜ਼ਿਲ੍ਹੇ ਦੀ ਦੁੱਧੇ ਦੀ ਥੋੜੀ ਪੂਰਾ ਕਰਨੇ ਚ ਆਪਣਾ ਟਕੋਦਾ ਯੋਗਦਾਨ ਦਿੱਤਾ ਆਪਣੇ ਜੀਵੰਤ ਪ੍ਰਸਾਰਣ ਚ ਪ੍ਰਧਾਨ ਮੰਤਰੀ ਹੋ ਰਹੇ ਜ਼ੋਰ ਪਾਈ ਆਖਿਆ ਜੇ ਜ਼ਿਲ੍ਹੇ ਚ ਬੜੇ ਚਿਰੇ ਥਮਾ ਡੇਰੀ ਫਾਰਮਿੰਗ ਕੀਤੀ ਜਾਂਦੀ ਹੀ ਪਰ ਫੀ ਵੀ ਦੁੱਧੇ ਦੀ ਥੋੜ੍ਹਗੇ ਰੋਂਦੀ ਹੀ ਬਾਰਾਮੁਲਾ ਦੇ ਲੋਕਾਂ ਦੀ ਸਰਾਨਾ ਕਰਦੀ ਹੋਈ ਪ੍ਰਧਾਨ ਮੰਤਰੀ ਨੇ ਆਖਿਆ ਜੇ ਜ਼ਿਲ੍ਹੇ 'ਚ ਦੁੱਧ ਸਪਲਾਈ ਦੀ ਥੋੜੀ 기 ਦਿੱਖਦੀ ਹੋਈ ਲੋਕ ਇਹਨਾਂ ਚੁਣੌਤੀਆਂ ਕਿ ਇੱਕ ਮੌਕੇ ਦੇ ਤੌਰ 'ਤੇ ਲੈਂਦੇ ਰਹੇ ਤੇ ਮਤੇ ਹਰੇ ਨੌਜਵਾਨ ਡੇਰੀ ਫਾਰਮਿੰਗ ਵਾਲੇ ਪੇਠਾ ਪਰੇ ਦੇ ਤੋਏ ਉਹਨੇ ਆਖਿਆ ਬਾਰਾਮੁਲਾ ਦੀਆਂ ਮਹਿਲਾ ਪਹਿਲੇ ਇਸ ਖੇਤਰ 'ਚ ਜੁੜੀਆਂ ਤਾਂ ਲੈਫਟੇਨੈਂਟ ਗਵਰਨਰ ਸ਼੍ਰੀ ਮਨੋਜ ਚਿਨੋਰੇ ਆਪਣੇ ਆਵਾਮ ਕੀ ਆਵਾਜ਼ ਪ੍ਰੋਗਰਾਮ 'ਚ ਸਪੋਰਟ ਦੀ ਅੰਡਰਗ੍ਰੈਜੂਏਟ ਸ਼ਾਤਰਾ ਮੁਫਾਰਾ ਮਾਜ਼िद ਦੀ ਬਿਸਰਾਨਾ ਕੀਤੀ ਜਿਨੇ ਸੋਰ ਊਰਜਾ ਤੇ ਪਾ ਊਰਜਾ ਕਨੇ ਚਲਨੇ ਵਾਲੀ ਇੱਕ ਕਿਸ਼ਤੀ ਦਾ ਨਿਰਮਾਨ ਕੀਤਾ ਲੈਫਟੇਨੰਟ ਗਵਰਨਰ ਰੋਹਨ ਨੋਜਵਾਨੇ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਬਾਰਾਮੂਲਾ ਦੇ ਪੂਰੇ ਪ੍ਰਾਤੇ ਸਮਰਥਨ ਦਾ ਵਿਸ਼ਵਾਸ ਵੀ ਦਿਵਾਇਆ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਵਿਸ਼ਵ ਚ 21 ਜੂਨ ਕੀ ਮਨਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਨਿਊਯਾਰਕ ਦੇ ਸੰਯੁਕਤ ਰਾਸ਼ਟਰ ਮੁਖਿਆਲੇ ਚ ਯੋਗ ਦਿਵਸ ਦੇ ਕਾਰਗਰਮ ਚ ਇਸਾ ਲੈਂਗਨ ਯੋਗ ਦਿਵਸ ਦਾ ਇਸ ਬਰੇ ਦਾ ਵਿਸ਼ਾ ਹੈ ਵਸੂਦੇਵ ਕੁਟੁੰਬਕਮ ਲਈ ਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਕਾਸ਼ਵਾਣੀ ਉੱਪਰ ਆਪਣੇ ਮਨ ਕੀ ਬਾਤ ਕਾਰਜਕ੍ਰਮ ਚ ਲੋਕਾਂ ਕੀ ਆਖਿਆ ਜੇ 21 ਜੂਨ ਉਹਨੇ ਲੋਕਾਂ ਲਈ ਇੱਕ ਮਤ ਵਾਲਾ ਤਿਹਾੜਾ ਹੈ ਜਿਹੜੇ ਯੋਗ ਕਨੇ ਜੁੜਨੇ ਦੀ ਤਾਂਗ ਰੱਖਦੇ ਨੇ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਪਰਾ ਸੁਣਾਰਦੇ ਹੋ ਆਜ਼ਾਦੀ ਕਾ अमृत महोत्सव आकाशवाणी का क्षेत्रीय समाचार एकांश जम्मू जम्मू यूनिवर्सिटी के डिपार्टमेंट ऑफ स्टूडेंट्स वेलफेयर के सहयोग करने पेश करता है आज़ादी का अमृत महोत्सव क्विज इंडिया एट महोत्सवी फाइव अज उन्नीस सौ पचहत्तर जद भारत च लाए गए ही गई है अदू सल्ख राष्ट्रपति ते प्रधानमंत्री कौन है एवाब तुम सीमेल इंडिया सेट जीमेल डॉट कॉम पर भेजी हो ਸੇਵਾਪੀਛ ਦਿਹਾਲੇ ਸ਼ੋਦਾਇਚਾ 3G ਜੀਤੂ ਕੋਸ਼ਿਧ ਕੀਤਾ ਜਾਗ ਤੇ ਉਨਦੇ ਨਾਇ ਦਾ ਐਲਾਨ ਕੱਲ ਯਾਨੀ 28 ਜੂਨ ਕੀ ਸਾੜੇ ਇਸੇ ਬੁਲਟਿੰਗ ਕੀਤਾ ਜਾਗ ਜਵਾਬ ਦੇ ਕਰਨੇ ਆਪਣਾ ਪੂਰਾ ਪਤਾ ਲਿਖਣਾ ਨਹੀ ਭੁੱਲਿਓ ਤਾਂ ਜੀ ਆਸ ਤੋਂ ਦੇ ਸਰਟੀਫਿਕੇਟ ਧਾਕਰਾਂ ਤੁੰਦੇ ਕਰੇ ਤੱਕ ਪੁਝਾਈ ਸਕਚਾ ਸ਼ਿੜਕ ਯਾਤਾਇਤ ਰਾਜਮਾਰਗ ਮੰਤਰਾਲੇ ਤੇ ਰਾਸ਼ਟਰੀ ਰਾਜਮਾਰਗ ਪ੍ਰਾਧਿਕਰਨ ਨੇ ਜੰਮੂ ਕਸ਼ਮੀਰ PWD ਵਿਭਾਗ ਦੀ ਸਾਂਝ ਪਿਆਲੀ ਕਨੇ ਕੱਲ ਸ਼ੇਰੇ ਕਸ਼ਮੀਰ ਅੰਤਰਰਾਸ਼ਟਰੀ ਕਨਵੈਨਸ਼ਨ ਕੇਂਦਰ ਚ ਭੂਮੀ ਅਧਿਗ੍ਰਹਿਣ ਪ੍ਰਕਿਰਿਆ ਤੇ ਭੂਮੀ ਰਾਸ਼ੀ ਪੋਰਟਲ ਬਾਰੇ ਲੋਕਾਂ ਦੀ ਜਾਣਕਾਰੀ ਕਰਨ ਲਈ ਇੱਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਇਹਦਾ ਉਦੇਸ਼ ਜਨਾਲੀ ਸ਼ਿੜਕ ਵਿਕਾਸ ਪਰਿਯੋਜਨਾ ਲਈ ਜ਼ਮੀਨ ਅਧਿਗ੍ਰਹਿਣ ਦੀ ਪ੍ਰਕਿਰਿਆ ਚ ਤੇਜ਼ੀ ਲਿਆਣਾ ਜਿਹਦੇ ਮਦਦ ਕਰਨੇ ਇਹਨੇ ਪਰਿਯੋਜਨਾਵਾਂ ਦੀ ਸਮੇਂ ਪਰ ਮੁਕੰਮਲ ਕੀਤਾ ਜਾ ਸਕੋਗੇ ਇਥੇ ਦੱਸਣਾ ਲਾਜ਼ਮੀ ਹੈ ਜੇ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਪੂਰੇ ਪ੍ਰਾਤੇ ਵਿਕਾਸ ਲਈ ਕਿਤੇ ਜਾਰਦੀਆਂ ਸਭ ਨੇ ਪ੍ਰਯੋਜਨਾਏ ਕੀ ਸਮੇਂ ਉਪਰ ਮੁਕੰਮਲ ਕਰਨੇ ਦੀ ਪੱਕ ਤੈਈ ਦੀ ਹੈ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਚ 22000 ਕਰੋੜ ਦੀਆਂ ਕਈ ਜਨਾਲੀ ਸ਼ਿਰਕ ਵਿਕਾਸ ਪ੍ਰਯੋਜਨਾ ਸ਼ੁਰੂ ਕੀਤੀਆਂ ਨਾ ਮੁਖ ਸਚਿਵ ਡਾਕਟਰ ਅਰुण ਕੁਮਾਰ ਮਾਤਰੇ ਵਿਕਾਸ ਦਿਤਾ ਗਲੇ ਆकांक्षी ਬਲਾਕ ਵਿਕਾਸ ਪ੍ਰੋਗਰਾਮ ਤਾਤ ਬਲਾਕੇ ਦੀ ਦਰਜਾਬੰਦੀ ਦਾ ਦੂਆ ਸੰਸਕਰਨ ਕੱਲ ਜਾਰੀ ਕੀਤਾ ਜੰਮੂ ਸੰਭਾਗ ਦੇ ਡੋੜਾ ਜ਼ਿਲ੍ਹੇ ਦੇ ਕਾਸਤੀਗੜ੍ਹ ਬਲਾਕ ਨੇ ਪਹਿਲੇ 10 ਬਲਾਕਾਂ ਜਥਾਰ ਹਾਸਲ ਕੀਤੀ ਹੈ ਜੰਮੂ ਕਸ਼ਮੀਰ ਦੇ 285 ਬਲਾਕਾਂ ਤੇਮਾ ਵਿਕਾਸ ਦੀ ਤਾੰਗ आले કુલ ਚਰਤਾਰੀ ਬਲਾਕਾਂ ਦੀ 21 ਸੂਚਕਾਂ ਦੀ ਬਿਨਾ ਅਪਰਚੁਨਿਆ ਗਿਆ ਇੰਦੇ ਚੁ ਮਨੁੱਖੀ ਵਿਕਾਸ ਗਰੀਬੀ ਸਿਹਤ ਤੇ ਪੋਸ਼ਣ ਸਿੱਖਿਆ ਤੇ ਬੁਨਿਆਦੀ ਟਾਂਚ ਵਾਲੇ ਸੂਚਕ ਸ਼ਾਮਲ ਇਹਦੇ ਲਈ ਮੁਕਾਮੀ ਲੋਕਾਂ ਪੰਚਾਇਤੀ ਰਾਜ ادارے ਦੇ ਮੈਂਬਰਾਂ ਤੇ 17 ਬਲਾਕਾਂ ਦੀ ਮੁਤਲਕਾ ਟੀਮ ਦੀ ਮੁਬਾਰਕਬਾਦ ਦਿੱਤੀ ਉਨੇ ਸਭਨੇ ਕਿ ਲਾਇਆ ਜਜਮੂ ਕਸ਼ਮੀਰ ਦੇ ਮੁਖ ਸਚੀਵ ਹੁੰਦੇ ਨਿਰਦੇਸ਼ ਅਨੁਸਾਰ 15 ਅਗਸਤ 2033 ਸ਼ਾਮ ਪਹਿਲੇ ਸਭਨੇ ਗਰਾਂਏਂਗੀ ODF ਪਲੱਸ ਮਾਡਲ ਦੀ ਤਰਜੁ ਪਰਵਿਕਸਿਤ ਕਰਨ ਦੇ ਲਕਸ਼ ਕੇ ਅਸਲ ਕਰਨੇ ਲਈ ਸਭਨੇ ਕੀ ਆਪਸੀ ਤਾਲਮਿਲ ਬਨਾਈਏ ਕੰਮ ਕਰਨਾ ਲੋਚਦਾ। ਉਨੇ ਆਮ ਲੋਕਾਂ ਕੇ ਕਿ ਗਰਾਂਏਂਗੀ ਸਾਫ ਸੁਥਰਾ ਰੱਖਨੇ ਲਈ ਲੋਚਦੇ ਗਿਆ ਪੁਟਨੇ ਦੀ ਵੀ ਅਪੀਲ ਕੀਤੀ। ਜੰਮੂ ਸਲਸਫਾ ਨਿਦੇਸ਼ਾਲੇ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਮਬੰਦ ਤੇ ਜੰਮੂ ਕਸ਼ਮੀਰ ਕਲਾ ਸੰਸਕ੍ਰਿਤੀ ਤੇ ਪਾਸ਼ਾ ਸਰਬੰਧੀ ਅਕੈਡਮੀ ਦੀ ਸਾਂਝ ਪਿਆਲੀ ਕਰਨੇ ਨੀਲ ਟਾਪ ਵਾਲੇ ਚਾਰਾਗਾਹੇਂ ਚ ਪਹਿਲੀ ਵਾਰੀ ਦੋਂ ਰੋਜ਼ਾ ਨੀਲ ਟਾਪ ਸਮਰ ਕਾਰਨੀਵਲ 2023 ਦਾ ਆਜੰਨ ਆਯੋਜਨ ਕੀਤਾ ਇਹਦਾ ਲਕਸ਼ਯ ਜੰਮੂ ਖੇਤਰ ਚ ਸਲਸਫਾ ਗੀ ਔਰ ਮਤਾ ਵਿਕਸਿਤ ਕਰਨਾ ਇਸ ਮੁਕੇ ਪਰ ਸ਼੍ਰੋਤਾਏਂ ਦੇ ਮਨੋਰੰਜਨ ਲਈ ਰੰਗਾਰੰਗ ਸੰਸਕ੍ਰਿਤਿਕ ਕਾਰਜਕ੍ਰਮ ਹੈ ਜਿਹਦੇ ਚ ਰਾਮ ਬਣੀ ਥਾਲੀ ਨਾਚ ਡੋਗਰੀ ਤੇ ਕਸ਼ਮੀਰੀ ਨਾਚ ਤੇ ਸੰਗੀਤ ਦੇ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ ਜ਼ਿਲ੍ਹਾ ਰਾਮਬਨ ਦੇ ਮੁਕਾਮੀ ਕਲਾਕਾਰਾਂ ਇਸ ਮੌਕੇ ਉੱਪਰ ਲੋਕ ਗੀਤ ਤੇ ਨਾਚ ਪੇਸ਼ ਕੀਤੇ ਇਸ ਸਮਾਰੋਹ ਦੇ ਪਹਿਲੇ ਦਿਨ 15 ਥਮਾ 18000 ਲੋਕਾਂ ਇਹਦੇ ਚ ਹਿੱਸਾ ਲਤਾ ਯੋਗ ਮਹੋਤਸਵ ਦੇ ਇੱਕ ਇਸੇ ਦਾ ਰੂਪਾ ਚ ਜ਼ਿਲ੍ਹਾ ਪ੍ਰਸ਼ਾਸਨ ਕਿਸ਼ਤਵਾਰ ਨੇ ਜ਼ਿਲ੍ਹਾ ਆਯੂਸ਼ ਵਿਭਾਗ ਯੁਵਾ ਸੇਵਾਵਾਂ ਤੇ ਖੇਡ ਸਰਬੰਦੀ ਵਿਭਾਗ ਕਿਸ਼ਤਵੜ ਵਿਕਾਸ ਪ੍ਰਾਧਿਕਾਰਨ ਤੇ ਭਾਰਤੀ ਸੈਨਾ ਦੀ ਸਾਂਝ ਪੈਲੀ ਕਨੇ ਕਲ ਸਿੰਥਨ ਮੈਦਾਨ ਚ ਯੋਗ ਸੱਤਰ ਦਾ ਆਯੋਜਨ ਕੀਤਾ ਇਸ ਮੌਕੇ ਉਪਰ ਆਯੂਸ਼ ਵਿਭਾਗ ਆਸਿਆ ਮੁਫਤ ਸੇ ਦੀ ਜਾਨ ਸਰਬੰਦੀ ਕੈਂਪ ਦਾ ਵਿਸਰਿਸਤਾ ਕੀਤਾ ਗਿਆ ਤੇ ਲਾਭਾਰਥੀਆਂ ਗੀ ਦਵਾਈਆਂ ਤੇ ਇਮਿਊਨਿਟੀ ਬਧਾਨੇ ਵਾਲੇ ਬੂਸਟਰ ਬੰਡੇ ਗੇ ਇਹ ਦੇ ਕਨੇ ਕੇ ਇਸ ਬਲੇ ਦਾ ਇਹ ਬੁਲੇਟਿਨ ਸਮਾਪਤ ਹੋਆ